ਤੁਹਾਨੂੰ ਅਕਲ ਨੀ, ਤੁਸੀਂ ਪਤਾ ਨੀ ਤੁਹਾਨੂੰ ਕਿੱਥੇ ਰਹਿਣਾ ਕਿੱਥੇ ਨਹੀਂ, ਉਧਰ ਕੀ ਕਰਨ ਚਲੇ ਗਏ ਯਾਰ, ਤੁਹਾਨੂੰ ਪਤਾ ਨੀ ਸੀ ਕਿੱਥੇ ਜਾਣਾ। ਜਸੂ ਮੈਂ ਕੀ ਕਿਹਾ ਸੀਗਾ, ਨਾਲ ਰਹੋ ਨਾਲ ਰਹੋ, ਹੈਰਾਨ ਆ ਮੈਂ ਤੇਰੇ ਤੇ, ਕੀ ਹੋਇਆ ਹੁਣ ਤੈਨੂੰ? ਉਹਨਾਂ ਦੀ ਗਲਤੀ ਨੀ ਹੈਗੀ, ਆਟੋ ਵਾਲੇ ਦੀ ਗਲਤੀ ਆ। ਓਏ ਆ ਮੇਰੇ ਨਾਲ ਨੀ ਹੈਗੇ, ਮੇਰੇ ਵੀ ਤੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਇੱਥੋਂ ਆਪਾਂ ਨਿਕਲਾਂਗੇ ਕਿੱਦਾਂ? ਹੱਦ ਆ ਯਾਰ, ਇੰਨਾ ਗੁੱਸਾ ਚੜਦਾ ਪਿਆ, ਨਾਲੇ ਮੈਂ ਕਿਹਾ ਵੀ ਨਾਲ ਨਾਲ ਰਹੋ ਭਾਜੀ, ਨਾਲ ਨਾਲ ਰਹੋ। ਹੱਦ ਆ ਯਾਰ, ਇੰਨਾ ਗੁੱਸਾ ਚੜਦਾ ਪਿਆ, ਨਾਲੇ ਮੈਂ ਕਿਹਾ ਵੀ ਨਾਲ ਨਾਲ ਰਹੋ ਭਾਜੀ, ਨਾਲ ਨਾਲ ਰਹੋ। ਮੰਮੀ ਫਿਰ ਵੀ ਹੈਲੋ, ਕਿੱਥੇ ਹੋ ਯਾਰ ਤੁਸੀਂ, ਉਧਰ ਕੀ ਕਰਨ ਚਲੇ ਗਏ ਯਾਰ, ਤੁਹਾਨੂੰ ਪਤਾ ਨੀ ਸੀ ਕਿੱਥੇ ਜਾਣਾ? ਯਾਰ ਜਿੰਨਾ ਜਿੰਨਾ ਛੇਤੀ ਕਰਨ ਦੀ ਕੋਸ਼ਿਸ਼ ਕਰਦੇ ਨਾ, ਓਨਾ ਤੁਸੀਂ ਲੇਟ ਕਰਾਈ ਜਾਂਦੇ ਹੋ। ਤੇਰੀ ਗਲਤੀ ਆ, ਤੈਨੂੰ ਪਤਾ ਨੀਗਾ ਆਪਾਂ ਜਾਣਾ ਕਿੱਥੇ ਆ। ਜਲਦੀ ਆ ਫਿਰ, ਤੂੰ ਆ ਸਹੀ, ਦੇਖੀ ਤੇਰਾ ਸਵਾਗਤ ਕਰਦਾ ਮੈਂ, ਟੈਨਸ਼ਨ ਨਾ ਲੈ। ਆਪਣੇ ਤੇ ਜ਼ੋਰ ਹੁੰਦਾ ਬੰਦੇ ਦਾ, ਮੇਰਾ ਬੋਲਿਆ ਨੀ, ਹੁਣ ਮੈਂ ਇਹਦੇ ਨਾਲ ਥੋੜੀ ਲੜਕੂੰਗਾ, ਮੇਰੇ ਨਾਲ ਲੜਕੂ ਕੋਈ ਚੱਕਰ ਨੀ ਹੈਗਾ। ਚਲੋ ਤੂੰ ਆਪਣਾ ਛੋਟਾ ਮੁੰਡਾ ਵਿਗਾੜ ਕੇ ਰੱਖਿਆ ਹੋਇਆ। ਮੰਮੀ ਕਿੱਥੇ ਚਲਾ ਗਿਆ ਜੇ, ਮੇਰਾ ਕਸੂਰ ਹੈ? ਤੈਨੂੰ ਰਾਹ ਦਾ ਨੀ ਪਤਾ, ਤੂੰ ਨਾਲ ਰਹਿ ਮੇਰੇ, ਜੇ ਗੁੰਮ ਜਾਂਦੀ ਇੱਧਰ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਜੀ। ਹਾਂਜੀ ਹਾਂਜੀ, ਜੇ ਤੂੰ ਗੁੰਮ ਜਵੇ ਨਾ, ਤੇਰੇ ਮਾਂ ਪਿਓ ਨੂੰ ਮੈਂ ਕੀ ਜਵਾਬ ਦਊਂਗਾ ਦੱਸ? ਹੈ ਬਸ ਫੋਟੋ ਆ ਖਿਚਾਉਣ ਚ ਬੀਜੀ ਆ, ਨਾਲ ਨਾਲ ਰਹੋ ਠੀਕ ਹੈ ਸਾਡੇ। ਚਲੋ ਆਓ, ਹਰ ਗੱਲ ਚਲ ਨਾਲ ਨਾਲ ਰਹੇ। ਉਹ ਤੂੰ ਇੰਨਾ ਵੱਡਾ ਕੀਤਾ ਅਸੀਂ, ਤੈਨੂੰ ਨੀ ਰਾਹ ਦਾ ਪਤਾ? ਕੀ ਹੋਇਆ ਕਿਰਨ, ਜੁੱਤੀਆਂ ਚੱਕੀਆਂ ਗਈਆਂ ਤੇਰੀਆਂ? ਜੁੱਤੀਆਂ ਚੱਕੀਆਂ, ਤੂੰ ਨਵੀਆਂ ਲੈ ਰਹੀ ਆ? ਇਹਦੀਆਂ ਜੁੱਤੀਆਂ ਚੱਕੀਆਂ ਗਈਆਂ। ਅਲੱਗ ਅਲੱਗ ਮਿਲ ਜਾਣਗੀਆਂ, ਜਿਵੇਂ ਇੱਕ ਆਹ ਇੱਕ ਆਹ ਇਦਾਂ। ਹਾਂ ਉਹ ਨਹੀਂ ਦੇਣੀ, ਇਹਨਾਂ ਦਾ ਜੋੜਾ ਖਰਾਬ ਹੋ ਜਾਣਾ ਵਾ। ਨਹੀਂ, ਜਿਹੜਾ ਇਹਨਾਂ ਕੋਲੇ ਆਲਰੇਡੀ ਖਰਾਬ ਹੋਇਆ ਪਿਆ ਉਹ ਦੇਣਗੇ। ਕਿਰਨ ਚਲੋ ਹੋ ਗਿਆ, ਨਹੀਂ ਹੋ ਗਿਆ, ਥਾਣੇ ਚਲੋ ਰਿਪੋਰਟ ਦਾ ਲਿਖਾ ਲਈ, ਰਿਪੋਰਟ ਕਰਾਈ ਅੱਛਾ, ਚਲੀਏ ਰਿਪੋਰਟ ਕਰਾਈ। ਚਲੋ ਫਿਰ ਮਾਰਕੀਟ ਪਹੁੰਚ ਗਏ ਸਾਰੇ, ਆ ਬੰਦੇ ਨੇ ਤਾਂ ਕੁਛ ਲੈਣਾ ਹੀ ਨਹੀਂ, ਮੈਂ ਤਾਂ ਕੁਛ ਲੈਣਾ ਹੈ ਨੀਗਾ ਠੀਕ ਆ। ਤੂੰ ਸਾਰਾ ਬਾਜ਼ਾਰ ਦੇਖ ਲੈ ਠੀਕ ਆ, ਬਸ ਦੇਖ ਲਾ ਲੈਣਾ ਨਹੀਂ ਕੁਛ।
ਇਹ ਤੈਨੂੰ ਪਿਆਰ ਕਰਦਾ ਓਏ। ਹੈਲੋ ਓਏ ਆ ਮੇਰੇ ਨਾਲ ਨਹੀਂ ਹੈਗੇ ਮਨਪ੍ਰੀਤ ਕੀ ਹੋਇਆ ਤੈਨੂੰ ਹੈ ਕਿਹੜਾ ਟਰੱਕ ਮਿਲ ਗਿਆ ਹੈ ਕਿਹੜਾ ਟਰੱਕ ਮਿਲਿਆ ਟਰੈਕਟਰ ਟਰਾਲੀ ਵਾਲਾ ਟਰੈਕਟਰ ਅੱਛਾ ਕਿੰਨੇ ਦਾ ਨਹੀਂ ਉਹ ਤੋਂ ਪਹਿਲਾਂ ਕੀ ਕਿਹਾ ਸੀਗਾ ਨਹੀਂ ਨਹੀਂ ਕਿਹੜਾ ਕੋਟਨ ਅੱਛਾ ਕੋਟਨ ਮੈਂ ਕਹਿੰਦਾ ਕਹਿੰਦਾ ਕੋਟਨ ਪੰਜਾਬ ਤੂੰ ਹਟ ਜਾ ਇੱਕ ਮਿੰਟ ਸਮਝਾ ਲੈਣ ਦੇ ਇਹਨੇ ਮੈਨੂੰ ਚਾਰ ਪੰਜ ਵਾਰ ਕਹਿੰਦਾ ਕਹਿੰਦਾ ਕੋਟਨ ਪਜਾਮਾ 100 ਰੁਪਏ ਇਹਨੂੰ ਪਤਾ ਨਾ ਮੇਰੇ ਕੋਟਨ ਦਾ ਪਾਇਆ ਹੋਇਆ ਉਧਰੋਂ ਵੀ ਕਹਿਣ ਲੱਗ ਗਿਆ ਉਹਦੇ ਕੋਟਨ ਪਜਾਮਾ ਅੱਛਾ ਉਹ ਚੱਪਲ 100 ਰੁਪਏ ਆ ਓਕੇ ਆਪਾਂ ਇਕੱਠੇ ਤੁਰੇ ਸੀ ਨਾ ਤੁਸੀਂ ਮੂਹਰੇ ਨਿਕਲੇ ਨੇ ਹੁਣ ਸਾਨੂੰ ਜੇ ਕੋਈ ਪਿੱਛੇ ਰੋਕਦਾ ਬੁਲਾਉਂਦਾ ਅਸੀਂ ਜੇ ਨਹੀਂ ਰੁਕਾਂਗੇ ਫਿਰ ਕਹਿਣਗੇ ਬੁਲਾਉਂਦੇ ਨਹੀਂ ਹੈਗੇ ਜੇ ਰੁਕਾਂਗੇ ਹੁਣ ਤੁਸੀਂ ਬੋਲਦੇ ਹੋ ਸਾਨੂੰ ਕੀ ਕਰੀਏ ਅਸੀਂ ਤੂੰ ਦੁਕਾਨਾਂ ਤੇ ਖੜਦੇ ਲਿਆ ਕੁਛ ਆਪਦੇ ਕਸੂਰ ਤੇ ਵੀ ਸੋਰੀ ਮੰਗ ਸੋਰੀ ਤਾਂ ਨੀ ਮੰਗਣੀ ਮਾਂ ਦੀ ਧੀ ਨੇ ਸਤਿ ਸ੍ਰੀ ਅਕਾਲ ਜੀ ਠੀਕ ਹੋ ਮਿੰਦੋ ਸਮਝ ਲਾ ਤੇਰੇ ਖੋਪੇ ਲੱਗੇ ਹੋਏ ਨੇਗੇ ਇੱਕ ਇੱਧਰ ਵੀ ਖੋਪਾ ਲੱਗਿਆ ਇੱਧਰ ਵੀ ਖੋਪਾ ਲੱਗਿਆ ਸਿੱਧੀ ਤੁਰੀ ਚੱਲ ਮੈਂ ਤੈਨੂੰ ਦੱਸਤਾ ਕਿਤੇ ਰੁਕੀ ਨਾ ਬਸ ਤੂੰ ਇਹ ਸਮਝ ਵੀ ਤੇਰੇ ਖੋਪੇ ਲੱਗੇ ਹੋਏ ਨੇ ਚੱਲ ਮਿੰਦੋ ਕਿਰਨ ਦੇ ਨਾਲ ਨੀ ਤੂੰ ਰਹਿਣਾ ਇਹ ਹਰੇਕ ਦੁਕਾਨ ਚ ਵੜਦੀ ਆ ਪੈਦਲ ਤਾਂ ਆ ਹੀ ਰਹੇ ਆ ਐ ਆ ਅਸੀਂ ਸ਼ੋਪਿੰਗ ਤਾਂ ਕਰਨੀ ਸੀ ਮਾਰਕੀਟ ਦੇ ਵਿੱਚ ਪਰ ਚੱਕਰ ਇਹ ਹੋ ਗਿਆ ਕਿ ਭੀੜ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਸਾਰੇ ਜਣੇ ਜਿੰਨੇ ਵੀ ਆ ਅਸੀਂ ਦੂਜੇ ਰਸਤੇ ਤੋਂ ਹੁਣ ਬੱਸ ਵੱਲ ਨੂੰ ਜਾ ਰਹੇ ਹਾਂ ਵੀ ਯਾਰ ਹੁਣ ਚੱਲੀਏ ਕਿਉਂਕਿ ਹੁਣ ਪੈਰਾਂ ਦੇ ਸਾਰੇ ਐਕੂਪ੍ਰੈਸ਼ਰ ਪੁਆਇੰਟ ਦੱਬੇ ਗਏ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੈਗੀ ਹਾਂ ਆਪਾਂ ਗੱਡੀਆਂ ਦੇ ਜਾਮ ਲੱਗਦੇ ਆਪਾਂ ਬਹੁਤ ਦੇਖਿਆ ਇੱਥੇ ਬੰਦਿਆਂ ਦਾ ਜਾਮ ਲੱਗਿਆ ਹੋਇਆ ਸੀ ਮਤਲਬ ਕਿ ਬੰਦਾ ਤੁਰ ਵੀ ਨਹੀਂ ਸਕਦਾ ਕੌਣ ਕਿਹਦੇ ਪੈਰ ਤੇ ਕਿਵੇਂ ਖੜਾ ਇਹ ਵੀ ਨਹੀਂ ਪਤਾ ਲੱਗ ਰਿਹਾ ਇਸ ਕਰਕੇ ਬਾਕੀ ਸਾਰੇ ਠੀਕ ਆ ਪਰ ਮੰਮੀ ਤੋਂ ਥੋੜਾ ਜਿਹਾ ਦਰਦ ਨਹੀਂ ਬਰਦਾਸ਼ਤ ਹੋ ਰਿਹਾ ਮੰਮੀ ਕਿੱਥੇ ਆ ਮੰਮੀ ਜ਼ਿਆਦਾ ਔਖੇ ਆ ਮੰਮੀ ਠੀਕ ਹੋ ਕੇ ਨਹੀਂ
200 ਸਾਲ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਦੀ ਜਗ੍ਹਾ ਹਾਂਜੀ ਬਾਬਾ ਸ਼੍ਰੀ ਚੰਦ ਜੀ ਦੀ 200 ਸਾਲ ਪੁਰਾਣੀ ਜਗ੍ਹਾ ਇਹ।